ਬਿਸਮਿਲ੍ਲਾਹਿ ਰਹਿਮਾਨ ਰਹੀਮ ਮੁਹੰਮਦ ਅਸਦ ਵੱਲੋਂ ਸਾਰਿਆਂ ਵੀਰਾਂ ਨੂੰ ਅਸਲਾਮ ਅਲੈਕੁਮ। ਸਿੱਧਾ ਹੱਸਦੇ ਰਹੋ ਅਤੇ ਵੱਸਦੇ ਰਹੋ। ਬਹੁਤ ਸਾਰੀਆਂ ਦੁਆਵਾਂ ਦੇ ਨਾਲ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਅੱਜ ਅਸੀਂ ਆਏ ਹਾਂ ਲਈਏ ਦਾ ਇੱਕ ਚੱਕ ਆ। ਇਹ ਚੱਕ ਦਾ ਨਾਮ ਤਾਂ ਸਾਨੂੰ ਨਹੀਂ ਪਤਾ, ਅਸੀਂ ਗੁਜ਼ਰ ਰਹੇ ਸੀ ਇੱਥੋਂ, ਪੁੱਛ ਪੁੱਛ ਕੇ ਆਏ ਹਾਂ ਕਿ ਬੋਰ ਚੱਲ ਰਿਹਾ। ਇੱਕ ਟਰੈਕਟਰ ਆ ਅਤੇ ਦੋ ਬੋਰ ਲੱਗੇ ਹੋਏ ਆ। ਅੱਜ ਤੁਹਾਨੂੰ ਦਿਖਾਵਾਂਗੇ ਕਿਸ ਤਰੀਕੇ ਨਾਲ ਚੱਲ ਰਿਹਾ। ਸਭ ਤੋਂ ਪਹਿਲਾਂ ਤਾਂ ਮੇਰੀ ਸਾਰਿਆਂ ਵੀਰਾਂ ਨੂੰ ਦਰਖਾਸਤ ਆ ਕਿ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਨਾਲ ਲੱਗੇ ਹੋਏ ਘੰਟੀ ਦੇ ਨਿਸ਼ਾਨ ਨੂੰ ਵੀ ਪ੍ਰੈਸ ਕਰ ਲਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਟਾਈਮ 'ਤੇ ਪਹੁੰਚਦੀਆਂ ਰਹਿਣ। ਮਾਲ ਤਕਲੀਫ ਲੜਾਈ ਹੈ ਬਾਈ ਜੀ ਭਾਈ, ਸੱਤ ਅੱਠ ਦਾ ਟਰੈਕਟਰ ਲੱਗਿਆ ਹੋਇਆ ਗਾਜ਼ੀ ਪਾਣੀ ਵੀ ਚੈੱਕ ਕਰ। ਮਾਸ਼ਾਅੱਲਾ ਡਬਲ ਬੋਰ ਆ, ਡਬਲ ਬੋਰ ਦਾ ਪਾਣੀ ਲਾ ਰਿਹਾ ਹੈ, ਬੜੀ ਜਲਦੀ ਕਵਰੇਜ ਕਰ। ਦੋ ਪੁਲੀਆਂ ਲਗਾਈਆਂ ਹੋਈਆਂ ਵਾ, ਸ਼ਾਫਟ ਲੱਗੀ ਹੋਈ ਆ, ਇਸ ਸਾਈਡ 'ਤੇ ਟਰੈਕਟਰ ਲਗਾਇਆ, ਇੱਕ ਪੁਲੀ ਉਸ ਸਾਈਡ ਦੇ ਟਿਊਬਵੈੱਲ ਨੂੰ ਜਾ ਰਹੀ ਹੈ, ਪੱਖੇ ਨੂੰ ਇੱਕ ਦੂਸਰੀ ਸਾਈਡ 'ਤੇ ਜਾ ਰਹੀ ਹੈ ਇਕੱਲਾ ਟਿਊਬਵੈੱਲ ਜਿਹੜਾ ਵਾ ਉਹ ਵੀ ਇਹ ਚੱਲ ਰਿਹਾ, ਇਹ ਪਾਣੀ ਆ ਰਿਹਾ ਅਤੇ ਦੂਸਰਾ ਜਿਹੜਾ ਵਾ ਉਹ ਇਸ ਸਾਈਡ 'ਤੇ ਚੱਲ ਰਿਹਾ। ਜ਼ਬਰਦਸਤ ਸਿਸਟਮ ਆ, ਟਰੈਕਟਰ ਵੀ ਬਿਲਕੁਲ ਲੋਡ ਮਹਿਸੂਸ ਨਹੀਂ ਕਰ ਰਿਹਾ ਕਿ ਜ਼ਿਆਦਾ ਲੋਡ ਹੋਵੇ ਤਾਂ ਫਿਰ ਵੀ ਮਸਲਾ ਬਣਦਾ, ਪਰ ਟਰੈਕਟਰ ਬਿਲਕੁਲ ਈਜ਼ੀ ਫੀਲ ਕਰ ਰਿਹਾ, ਆਰਾਮ ਸਕੂਨ ਨਾਲ ਚੱਲ ਰਿਹਾ, ਕੋਈ ਲੋਡ ਨਹੀਂ ਹੈ, ਇਹ ਸਿਸਟਮ ਲੱਗਿਆ ਹੋਇਆ। ਸੱਤ ਇੰਚ ਡਿਲੀਵਰੀ ਲੱਗੀ ਹੋਈ ਹੈ ਦੋਨਾਂ ਸਾਈਡਾਂ 'ਤੇ, 7 ਇੰਚ ਡਿਲੀਵਰੀ ਆ, ਪਾਣੀ ਵੀ ਠੀਕ ਨਿਕਾਲ ਰਿਹਾ, ਪੀਟਰ ਜਿੰਨਾ ਪਾਣੀ ਤਾਂ ਵੈਸੇ ਕੱਢ ਰਿਹਾ। ਦੋ ਬੋਰ ਆ,
हाँ जी मित्रों दस्यो फिर कमेंट करके अज की वीडियो तुहानू किदां लगी। लो जी अज की वीडियो इत्थे खत्म करते हैं, किदां लगी तुहानू एक कमेंट करके जरूर दस्यो। तो जिन्हां वीरियां ने अज तक मेरा चैनल सबसक्राइब नहीं किया वो चैनल सबसक्राइब कर लो ताकि आने वाली वीडियो तुहानू जल्दी तो जल्दी मिल सके। सिस्टम लगाया हुआ है जी। एक ट्रैक्टर के दो बोर पुली लगी हुई ऊपर इतों बेल्ट जाता नीचे नीचे दी या के ऐश पखे थे।